श्लोक तन तन कहाँ पुकारते, माया मोह सब कूर। नाम बिहुने नानका, होत जात सब तूर। पवड़ी तद्दा तूर पुनीत तेरे जनुआ, तन तेऊ जे रुच एया मनुआ। तन नहीं बांछे सुर्ग न आछे, अत प्रे प्रीत साध रज राचे। तंदे कहाँ ब्यापै ताहू, जो एक छाड़ अन कते न जाहू। जाके हिये दियो प्रभ नाम, नानक साध पूरन भगवान। वाहिगुरु जी का खालसा, वाहिगुरु जी की फतेह। गुरु सवारी सात संगत, गुरु पातशाह दी कृपा दा सदका। 52 अखरी बाणी दी विचार करदे आं, कैसे सुंदर सरल सौखे शब्दों विच गुरदेव हिरदे नूं टुंबण वाला उपदेश बख्शिश दे। श्लोक विच पातशाह फरमांदे ने, धन धन कहाँ पुकारते, माया मोह सब कूर। हे प्राणियों, हर वेले ये झूठे धन नहीं तुसी पुकारते हो, यतन करते हो, भाव कूकते रहते हो, हाए कुछ नहीं, हाए कुछ नहीं, हाए कुछ। धन धन कहाँ पुकारते, माया मोह सब कूर। इतना माया दे पदार्थां दा मोह है, ये सब झूठ है। नाम बिना तब कूर गाली होछियां, वेद पुराण पुकारन पोथियां। सारे धर्म ग्रंथ भी ये कह रहे ने कि ये सब होछियां गल्लां हैं। और माई माया छल, तिनकी अगन मेघ की छाया। गोविंद भजन बिन हड़ का जल, तन तन कहाँ पुकारते। हर वेले तुसी दुनियावी तन लई कूकते रहते, कन खोल के सुन लो, माया मोह सब कूर। ये माया दा जो मोह है ये झूठा है, नाशवंत है, ये सदा निभण वाला नहीं। पर असी सब कुछ सुनते पढ़ते हुए भी फिर इस धन वाल ही लगे रहने। धन गुरु अमरदास जी ने भी फरमाया, काचा धन संचय मूर्ख गावार, मनमुख भूले अंध गवार। बिखिया कै धन सदा सुख होए, ना साथ जाए ना प्राप्त होए। साचा धन गुरमति पाए, काचा धन फुन आवे जाए। धन धन कहाँ पुकारते, माया मोह सब कूर। नाम बिहुने नानका, होत जात सब तूर। नानक जी फरमांदे हन, जिहड़े नाम तो विहुणे हन, नाम तो वांझे हन, नाम तो खुंझे होए हन, उन्हां सारिआं ने एक दिन खे बन जाणा। हुण सवाल इह पैदा हुंदा है कि जिहड़े नाम जपदे ने ओह खे नहीं हुंदे?
ਗੱਲ ਸਮਝਣ ਦੀ ਬਾਤ। ਨੁਕਤਾਚੀਨੀ ਕਰੀ ਜਾਓ ਅਤੇ ਭਾਵੇਂ ਕਿਤਨੀ ਕਰੀ ਜਾਓ। ਗੁਰੂ ਪਾਤਸ਼ਾਹ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਜੀਵਨ ਦਾ ਮਕਸਦ ਤਾਂ ਕੁਝ ਹੋਰ ਹੈ, ਅਸੀਂ ਕਰ ਕੁਝ ਹੋਰ ਰਹੇ। ਜਿਹੜਾ ਧਨ ਲੈਣ ਲਈ ਮਨੁੱਖਾ ਜਨਮ ਵਿੱਚ ਆਏ ਆ ਉਹ ਕਰਦੇ ਨਹੀਂ, ਉਸ ਵੱਲ ਸਾਡਾ ਧਿਆਨ ਨਹੀਂ ਹੈਗਾ। ਔਰ ਸੰਸਾਰੀ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਅਸੀਂ ਜਿਤਨੀ ਮਿਹਨਤ ਕਰਦੇ ਉਹਦਾ ਰਿਜ਼ਲਟ ਕੀ ਹੈ? ਉਹ ਪਦਾਰਥ ਸਾਨੂੰ ਜਿਉਂਦਿਆਂ ਹੀ ਛੱਡ ਜਾਂਦੇ। ਭਗਤ ਕਬੀਰ ਜੀ ਨੇ ਵੀ ਬੜੀ ਕਿਰਪਾ ਕੀਤੀ, ਆਖਿਆ ਬਹੁ ਪਰਪੰਚ ਕਰ ਪਰ ਧਨ ਲਿਆਵੇਂ, ਸੁਤਦਾਰਾ ਪੈ ਆਨ ਲੁਟਾਵੇਂ। ਕਈ ਤਰ੍ਹਾਂ ਦੀਆਂ ਠੱਗੀਆਂ ਹੇਰਾ ਫੇਰੀਆਂ ਕਰਕੇ ਦੂਜਿਆਂ ਦਾ ਧਨ ਖਸੋਟ ਕੇ ਲੁੱਟ ਕੇ ਘਰ ਵਿੱਚ ਲਿਆਉਂਦੇ ਹਨ, ਅਤੇ ਘਰ ਵਿੱਚ ਲਿਆਉਂਦਿਆਂ ਸਾਰ ਇਸਤਰੀ ਪੁਰਸ਼ ਬੱਚੇ ਸਭ ਚੰਬੜ ਜਾਂਦੇ ਔਰ ਉਹ ਸਭ ਵੰਡੀਆਂ ਪਾ ਲੈਂਦੇ। ਪਰ ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਛਿਨ ਛਿਨ ਤਨ ਛੀਜੈ, ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ, ਤਨ ਤਨ ਕਹਾਂ ਪੁਕਾਰਤੇ ਮਾਈ ਮਾਇਆ ਛਲ, ਤਿਨਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ, ਤਨ ਤਨ ਕਹਾਂ ਪੁਕਾਰਤੇ। ਇਹ ਜਿਹੜੀ ਮਾਇਆ ਹੈ ਇਹ ਨਾਲ ਨਿਭਣ ਵਾਲੀ ਨੇ। ਇਹ ਠੀਕ ਹੈ, ਗੁਰੂ ਘਰ ਵਿੱਚ ਵੀ ਮਾਇਆ ਦੇ ਤਿਆਗ ਦੀ ਗੱਲ ਨਹੀਂ ਕੀਤੀ। ਗੁਰੂ ਬਾਬਾ ਜੀ ਨੇ ਤਾਂ ਕਿਹਾ ਵੀ ਕਿਰਤ ਕਰੋ, ਪਰ ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ, ਦਸਾਂ ਨੌਵਾਂ ਦੀ ਕਿਰਤ ਕਰਕੇ ਨੇਕ ਕਮਾਈ ਕਰੋ। ਪਰ ਨਿਰਾ ਮਾਇਆ ਦੇ ਪਿੱਛੇ ਲੱਗ ਕੇ ਪਰਮਾਤਮਾ ਨੂੰ ਭੁੱਲ ਜਾਣਾ, ਇਹਦਾ ਕੋਈ ਲਾਭ ਨਹੀਂ ਹੈ। ਤੋ ਗੱਲ ਕੀ, ਗੁਰੂ ਪਾਤਸ਼ਾਹ ਜੀ ਉਸ ਸੱਚੇ ਧਨ ਨਾਲ ਜੁੜਨ ਦੀ ਪ੍ਰੇਰਨਾ ਕਰਦੇ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਇਹ ਜਿਹੜਾ ਕੱਚਾ ਧਨ ਹੈ ਸਦੀਵੀ ਨਹੀਂ, ਟਿਕਾਊ ਨਹੀਂ, ਨਾਲ ਨਿਭਣ ਵਾਲਾ ਨਹੀਂ। ਇਸ ਲਈ ਪਿਆਰਿਓ, ਜਿਹੜਾ ਜੀਵਨ ਦਾ ਮਕਸਦ ਹੈ ਉਹਨੂੰ ਪੂਰਾ ਕਰੋ। ਵਣਜ ਕਰੋ ਵਣਜਾਰੇ ਹੋ, ਵੱਖਰ ਲੇ ਹੋ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ, ਅੱਗੇ ਸਾ ਸੁਜਾਣ ਹੈ ਲੈ ਜੀਵਸਤ ਸੰਭਾਲ। ਦੇਖੋ ਗੁਰਬਾਣੀ ਦੇ ਅੰਦਰ ਧਨ ਅੱਖਰ ਕਈ ਰੂਪਾਂ ਵਿੱਚ ਮਿਲਦਾ ਹੈ। ਇੱਕ ਧਨ ਨੰਨੇ ਨੂੰ ਔਂਕੜ ਨਾਲ ਹੈ, ਇੱਕ ਧਨ ਨੰਨਾ ਮੁਕਤਾ ਵੀ ਆਉਂਦਾ, ਔਰ ਇੱਕ ਧਨ ਦੇ ਨੰਨੇ ਨੂੰ ਸਿਹਾਰੀ ਵੀ ਹੈ, ਤਥਾ ਧਨ ਦੇ ਤਦੇ 'ਤੇ ਟਿੱਪੀ ਵੀ ਲੱਗੀ ਹੁੰਦੀ। ਉਚਾਰਨ ਲਗਭਗ ਅਸੀਂ ਸਾਰਿਆਂ ਦਾ ਧਨ ਕਰਦੇ, ਪਰ ਅਰਥ ਸਭ ਦੇ ਵੱਖ ਵੱਖ ਨੇ। ਜਿਹੜਾ ਧਨ ਨੰਨੇ ਨੂੰ ਔਂਕੜ ਵਾਲਾ ਹੈ ਧਨ ਦੌਲਤ ਵਾਸਤੇ, ਜਿਹੜਾ ਧਨ ਨੰਨਾ ਮੁਕਤਾ ਉਹ ਇਸਤਰੀ ਵਾਸਤੇ, ਅਤੇ ਜਿਸ ਧਨ ਦੇ ਨੰਨੇ ਨੂੰ ਸਿਹਾਰੀ ਜਾਂ ਟਿੱਪੀ ਲੱਗੀ ਇਹ ਧਨਤਾ ਯੋਗ ਹੈ। ਤੋ ਮਹਾਰਾਜ ਨੇ ਉਸ ਝੂਠੇ ਧਨ ਦੀ ਪਕੜ ਤੋਂ ਬਚਣ ਦੀ ਹਦਾਇਤ ਕੀਤੀ ਹੈ ਅਤੇ ਸਾਨੂੰ ਸਮਝਾਇਆ ਕਿ ਧਨ ਧਨ ਕਹਾਂ ਪੁਕਾਰਤੇ ਮਾਇਆ ਮੋਹ ਸਭਕੂਰ, ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ। ਪਵੜੀ ਤੱਦਾ ਧੂਰ ਪੁਨੀਤ ਤੇਰੇ ਜਨੂਆ, ਆਖਿਆ ਹੇ ਵਾਹਿਗੁਰੂ ਜਿਹੜੇ ਤੇਰੇ ਜਨ ਹਨ, ਜਿਹੜੇ ਤੇਰੇ ਸੇਵਕ ਹਨ, ਜਿਨ੍ਹਾਂ ਦਾ ਜ਼ਿਕਰ ਪਿਛਲੇ ਸਲੋਕ ਵਿੱਚ ਵੀ ਕੀਤਾ ਗਿਆ, ਸੇਈ ਸ਼ਾਹ ਭਗਵੰਤ ਸੇ
ਸੱਚ ਸੰਪੈ ਹਰ ਰਾਸ, ਨਾਨਕ ਸੱਚ ਸੁੱਚ ਪਾਈਐ ਤੇ ਸੰਤਨ ਕੈ ਪਾਸ। ਐਸੇ ਜੋ ਗੁਰਮੁਖ ਪਿਆਰੇ ਹਨ ਉਹਨਾਂ ਦੀ ਚਰਨ ਧੂੜ ਪੁਨੀਤ ਹੈ, ਪਵਿੱਤਰ। ਔਰ ਧਨ ਤੇਊ ਜੇ ਰੁਚ ਇਹ ਮਨੂਆ, ਉਹ ਧਨਤਾ ਦੇ ਯੋਗ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਰੁਚੀ ਹੈ, ਇਹ ਚਾਹ ਹੈ, ਇਹ ਉਮਾਹ ਹੈ ਕਿ ਅਸੀਂ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਕਰੀਏ। ਕਿਉਂਕਿ ਜੀਵਨ ਦੇ ਅੰਦਰ ਸੰਗਤ ਦਾ ਬਹੁਤ ਪ੍ਰਭਾਵ ਹੈ। ਧੰਨ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨ ਕੋ ਉਧਾਰੇ। ਭਾਈ ਸੰਗਤ ਜਿਹੜੀ ਹੈ ਉਹ ਬੜਾ ਭਾਰੀ ਜੀਵਨ 'ਤੇ ਅਸਰ ਕਰ। ਆਖਿਆ ਹੇ ਪਰਮਾਤਮਾ, ਤੇਰੇ ਜਨੂਆ ਜਿਹੜੇ ਤੇਰੇ ਸੇਵਕ ਨੇ, ਦਾਸ ਨੇ, ਭਗਤ ਨੇ, ਉਹਨਾਂ ਦੀ ਚਰਨ ਧੂੜ ਪੁਨੀਤ ਹੈ, ਪਵਿੱਤਰ। ਪਰ ਧਨ ਤੇਊ ਜੇ ਰੁਚ ਇਹ ਮਨੂਆ, ਉਹ ਧਨਤਾ ਦੇ ਯੋਗ ਹਨ। ਉਹਨਾਂ ਨੂੰ ਧਨ ਧਨ ਕਹਿਣਾ ਬਣ ਆਉਂਦਾ ਹੈ ਜਿਨ ਰੁਚ ਇਹ ਮਨੂਆ, ਜਿਨ੍ਹਾਂ ਦੇ ਮਨ ਵਿੱਚ ਇਹ ਰੁਚੀ ਹੈ ਕਿ ਅਸੀਂ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਕਰੀਏ। ਕਿਉਂਕਿ ਜਿਹੜੀ ਸੰਗਤ ਹੈ ਉਹ ਜੀਵਨ ਨੂੰ ਸਵਾਰਦੀ ਹੈ, ਜਿਹੜੀ ਕੁਸੰਗਤ ਹੈ ਉਹ ਜੀਵਨ ਨੂੰ ਵਿਗਾੜਦੀ ਹੈ। ਇਸ ਲਈ ਮਹਾਂਪੁਰਖਾਂ ਨੇ ਕਿਹਾ, ਕਬੀਰ ਸੰਗਤ ਕਰੀਏ ਸਾਧਕੀ, ਦਿਨ ਦਿਨ ਦੂਣਾ ਹੇਤ, ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸਿਹਤ। ਕਬੀਰ ਸਾਕਤ ਸੰਗਨ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਊਤਮ ਸੰਗਤ ਊਤਮ ਹੋਵੈ, ਗੁਣ ਕੋ ਧਾਵੈ ਅਵਗੁਣ ਧੋਵੈ, ਤੱਦਾ ਧੂਰ ਪੁਨੀਤ ਤੇਰੇ ਜਨੂਆ, ਧਨ ਤੇਊ ਜੇ ਰੁਚ ਇਆ ਮਨੂਆ। ਉਹ ਧਨ ਧਨ ਕਹਿਣ ਦੇ ਯੋਗ ਹਨ ਜਿਨ੍ਹਾਂ ਦੇ ਮਨ ਵਿੱਚ ਇਹ ਰੁਚੀ, ਇਹ ਉਤਸ਼ਾਹ, ਇਹ ਲਗਨ ਹੈ ਕਿ ਅਸੀਂ ਗੁਰਮੁਖਾਂ ਦੀ ਸੰਗਤ ਕਰੀ। ਇਸੇ ਲਈ ਪਾਤਸ਼ਾਹ ਕਹਿੰਦੇ, ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭ੍ਰਮ ਝੋਟਾਂ ਖਾਵੇਂ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਆਖਿਆ ਫਿਰ ਉਹਨਾਂ ਦੀ ਪਛਾਣ ਕੀ ਹੈ? ਧਨ ਨਹੀਂ ਬਾਛੈ, ਸੁਰਗ ਨਾ ਆਛੈ। ਨਾ ਉਹ ਧਨ ਦੀ ਇੱਛਾ ਕਰਦੇ ਨੇ, ਨਾ ਉਹ ਸਵਰਗਾਂ ਦੀ ਚਾਹਨਾ ਕਰਦੇ। ਉਹਨਾਂ ਨੂੰ ਤਾਂ ਪੁੱਛ ਕੇ ਦੇਖੋ, ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ ਹਮ ਕਾਹੂ ਕੀ ਕਾਰਨ ਕੱਢਦੇ, ਆਪਣੇ ਗੁਰ ਪ੍ਰਸਾਦੇ। ਸਾਨੂੰ ਕਿਸੇ ਸੁਰਗ ਦੀ ਇੱਛਾ ਨਹੀਂ, ਨਰਕ ਦਾ ਡਰ ਨਹੀਂ। ਕਿਉਂ? ਸਾਨੂੰ ਤਾਂ ਪਰਮਾਤਮਾ ਦੇ ਚਰਨਾਂ ਵਿੱਚ ਹੀ ਸਭ ਕੁਝ ਹੈ। ਧਨ ਨਹੀਂ ਬਾਛੈ, ਸੁਰਗ ਨਾ ਆਛੈ। ਉਹ ਕਦੇ ਸਵਰਗਾਂ ਦੀ ਚਾਹਨਾ ਨਹੀਂ ਕਰਦਾ, ਉਹ ਕਦੇ ਧਨ ਦੇ ਪਿੱਛੇ ਨਹੀਂ ਦੌੜਦਾ। ਕਿਉਂਕਿ ਗੁਰਬਾਣੀ ਇਹ ਕਹਿੰਦੀ ਕਿ ਜਿਹੜਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਤੋ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਦੀ ਰੁਚੀ ਜਾਗ ਪਈ, ਧਨ ਨਹੀਂ ਬਾਛੈ, ਸੁਰਗ ਨਾ ਆਛੈ, ਉਹ ਧਨ ਦੀ ਇੱਛਾ ਨਹੀਂ ਕਰਦਾ। ਉਹਨਾਂ ਨੂੰ ਨਿਸ਼ਚਾ ਹੋ ਜਾਂਦਾ ਕਿ ਜੋ ਸਾਡੀ ਪ੍ਰਾਰਬਧ ਹੈ ਉਹ ਪਰਮਾਤਮਾ ਨੇ ਸਾਨੂੰ ਦੇਣੀ ਦੇਣੀ। ਤੁਲਸੀਦਾਸ ਵਰਗੇ ਭਗਤ ਨੇ ਵੀ ਕਿਹਾ ਕਿ ਪਹਿਲੇ ਬਣੀ ਪ੍ਰਾਰਬਧ, ਪਾਛੇ ਬਣਾ ਸਰੀਰ। ਤੁਲਸੀ ਅਚਰਜ ਏਕ ਹੈ, ਮਨ ਨਹੀਂ ਬੰਦ ਹੈ ਧੀਰ।
ਪਰ ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਨੇ, ਜਿਹੜੇ ਪਰਮੇਸ਼ੁਰ ਦਾ ਨਾਮ ਜਪਦੇ ਨੇ, ਧਨ ਨਹੀਂ ਬਾਦਸ਼ਾਹ, ਉਹ ਕਦੇ ਇੱਛਾ ਨਹੀਂ ਕਰਨ, ਕਿਉਂਕਿ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੋ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤੱਤ ਬੁੱਧ, ਉਹਨਾਂ ਨੂੰ ਗੁਰੂ ਕਿਰਪਾ ਨਾਲ ਸਮਝ ਆ ਜਾਂਦਾ। ਇਸ ਲਈ ਧਨ ਨਹੀਂ ਬਾਦਸ਼ਾਹ, ਸੁਰਗ ਨਾ ਆਦਸ਼ਾਹ, ਉਹ ਇਹਨਾਂ ਚੀਜ਼ਾਂ ਦੀ ਲਾਲਸਾ ਨਹੀਂ ਕਰਦੇ। ਅਤ ਪ੍ਰੇ ਪ੍ਰੀਤ ਸਾਧ ਰਜ ਰਚ ਹੈ, ਉਹਨਾਂ ਦੇ ਅੰਦਰ ਪਿਆਰੇ ਦੀ ਅਤਿ ਪ੍ਰੀਤ ਹੈ, ਉਸ ਪਰਮਾਤਮਾ ਨੂੰ ਮਿਲਣ ਦੇ ਉਹ ਇੱਛਕ ਹਨ। ਔਰ ਸਾਧ ਰਜ ਰਚ ਹੈ, ਉਹ ਵਾਹਿਗੁਰੂਆਂ ਦੀ ਵਾਹਿਗੁਰੂ ਦੇ ਪਿਆਰਿਆਂ ਦੀ ਚਰਨ ਧੂੜੀ ਵੀ ਜੁੜੇ ਰਹਿੰਦੇ। ਇਸੇ ਲਈ ਗੁਰਮਤਿ ਦਾ ਜਿਹੜਾ ਸੰਦੇਸ਼ ਹੈ ਉਹ ਇਹ ਹੈ, ਮਾਘ ਮਜਨ ਸਿੰਘ ਸਾਧੂਆਂ ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕਰੋਧ ਨ ਮੋਈ ਹੈ ਬਿਨਸੈ ਲੋਭ ਸਵਾਨ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਾਨ, ਧਨ ਨਹੀਂ ਬਾਂਛੈ ਸੁਰਗ ਨ ਆਂਛੈ, ਅਤ ਪ੍ਰੇ ਪ੍ਰੀਤ ਸਾਧ ਰਜ ਰਾਚੈ। ਅਤ ਬਹੁਤ ਜ਼ਿਆਦਾ ਉਸ ਪਿਆਰੇ ਦੀ ਪ੍ਰੀਤ ਹੈ, ਔਰ ਉਸ ਪ੍ਰੀਤ ਵਿੱਚ ਭਿੱਜੇ ਹੋਏ ਸਾਧ ਰਜ ਰਚ, ਪ੍ਰਭੂ ਦੇ ਪਿਆਰਿਆਂ ਦੀ ਚਰਨ ਤੂੜੀ ਵਿੱਚ ਰਹਿ ਕੇ ਖੁਸ਼ ਹਨ। ਅਤੇ ਧੰਦੇ ਕਹਾਂ ਬਿਆਪੈ ਤਾਂ, ਉਹਨਾਂ ਉੱਤੇ ਫਿਰ ਧੰਦੇ ਕਦੇ ਮਾਰੂ ਅਸਰ ਨਹੀਂ ਪਾਉਂਦੇ। ਉਹ ਸੰਸਾਰ ਦੀ ਕਿਰਤਕਾਰ ਕਰਦੇ ਵੀ ਹਨ, ਪਰ ਫਿਰ ਵੀ ਮਨ ਕਰਕੇ ਪਰਮਾਤਮਾ ਨਾਲ ਜੁੜੇ ਰਹਿੰਦੇ। ਇੱਕ ਬੜੀ ਸੁੰਦਰ ਗਾਥਾ ਬਾਣੀ ਵਿੱਚੋਂ ਮਿਲਦੀ ਹੈ ਕਿ ਭਗਤ ਨਾਮਦੇਵ ਜੀ ਅਤੇ ਤਰਲੋਚਨ ਜੀ ਦੋਵੇਂ ਪਰਮਾਤਮਾ ਦੀ ਭਗਤੀ ਕਰਨ ਵਾਲੇ ਹਨ, ਤਾਂ ਕੁਦਰਤੀ ਗੱਲ ਹੈ ਜਿਹੜਾ ਜਿਸ ਰਾਹ ਦਾ ਪਾਂਧੀ ਹੋਵੇ ਉਹਦੀ ਉਸ ਰਾਹ ਦੇ ਬੰਦਿਆਂ ਨਾਲ ਪ੍ਰੀਤ ਹੋ ਜਾਂਦੀ। ਦੋਵੇਂ ਰਲ ਕੇ ਸਤਸੰਗ ਕਰਦੇ ਨੇ, ਭਗਤੀ ਦੀਆਂ ਗੱਲਾਂ ਕਰਦੇ ਨੇ, ਤਥਾ ਭਗਤੀ ਦੇ ਰਾਹ 'ਤੇ ਤੁਰਦੇ ਨੇ। ਕਦੇ ਕਦੇ ਤਰਲੋਚਨ ਜੀ ਭਗਤ ਨਾਮਦੇਵ ਜੀ ਦੇ ਘਰ ਆਉਂਦੇ ਨੇ। ਨਾਮਦੇਵ ਜੀ ਦਾ ਕਿੱਤਾ ਹੈ ਛੀਂਬੇ ਦਾ, ਉਹ ਆਪਣੇ ਕੱਪੜੇ ਛੇਬਣ ਜਾਂ ਸੀਨ ਕੱਟਣ ਵਿੱਚ ਲੱਗੇ ਰਹਿੰਦੇ। ਕਹਿੰਦੇ ਇੱਕ ਦਿਨ ਤਰਲੋਚਨ ਜੀ ਆਏ ਅਤੇ ਕਹਿਣ ਲੱਗੇ, ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ, ਕਾਹੇ ਛੀ ਪੋਛਾਏ ਲੈ ਰਾਮ ਨ ਲਾਵੋ ਚੀਤ। ਨਾਮਦੇਵ, ਲੱਗਦਾ ਤੈਨੂੰ ਮਾਇਆ ਨੇ ਮੋਹ ਲਿਆ, ਮੈਂ ਜਦੋਂ ਵੀ ਆਉਣਾ ਤੂੰ ਮਾਇਆ ਦੇ ਕੰਮਾਂ ਵਿੱਚ ਲਗਾ। ਅੱਗੋਂ ਨਾਮਦੇਵ ਜੀ ਨੇ ਬੜਾ ਕਮਾਲ ਜਵਾਬ ਦਿੱਤਾ, ਆਖਿਆ ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਆਖਿਆ ਕਿਰਤ ਕਰਨੀ ਮਾੜੀ ਨਹੀਂ, ਪਰ ਚਿੱਤ ਪਰਮਾਤਮਾ ਵੱਲ ਲਾਈ ਰੱਖਣਾ ਚਾਹੀਦਾ। ਤੋ ਧਨ ਨਹੀਂ ਬਾਦਸ਼ਾਹ ਹੈ, ਸੁਰਗ ਨਾ ਅੱਛਾ, ਅਤ ਪ੍ਰੇ ਪ੍ਰੀਤ ਸਾਧ ਰਜ ਰਚ ਹੈ, ਧੰਦੇ ਕਹਾਂ ਬਿਆਪੈ ਤਾਂ, ਉਹਨਾਂ ਉੱਤੇ ਧੰਦੇ ਕਦੇ ਵੀ ਪ੍ਰਭਾਵ ਨਹੀਂ ਪਾਉਂਦੇ। ਉਹ ਸੰਸਾਰ ਦੀ ਕਿਰਤਕਾਰ ਕਰਦੇ ਹੋਏ ਵੀ ਆਪਣੇ ਮਾਲਕ ਦੀ ਯਾਦ ਵਿੱਚ ਜੁੜੇ ਰਹਿੰਦੇ। ਜੋ ਏਕ ਛਾੜ ਅਨ ਕਤੈ ਨ ਜਾਈ, ਜਿਹੜੇ ਇੱਕ ਪਰਮਾਤਮਾ ਦਾ ਦਰ ਛੱਡ ਕੇ, ਉਹਦਾ ਸਿਮਰਨ ਛੱਡ ਕੇ ਅਨ ਕਤੈ ਨ ਜਾਈ, ਹੋਰ ਕਿਸੇ ਪਾਸੇ ਜਾਂਦੇ ਹੀ ਨਹੀਂ, ਉਹਨਾਂ ਨੂੰ ਇੱਕੋ ਇੱਕ ਪਰਮਾਤਮਾ ਦੀ ਪ੍ਰੀਤ ਲੱਗੀ। ਇਸੇ ਲਈ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨ ਵਿਸਰੈ ਨਾਮ ਸੇ ਕਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜੇ ਹਾਂ, ਧੰਦੇ ਕਹਾਂ ਬਿਆਪੈ ਤਾਂ, ਜੋ ਏਕ ਛਾੜ ਅਨ ਕਟੈ ਨ ਜਾਊਂ, ਜਿਹੜੇ ਇੱਕ ਦਾ ਪੱਲਾ ਛੱਡ ਕੇ ਹੋਰ ਪਾਸੇ ਭਟਕਦੇ ਹੀ ਨਹੀਂ। ਤਾਂ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ,
ਜਾਕੇ ਹੀਏ ਦਿਓ ਪ੍ਰਭ ਨਾਮ। ਜਿਸ ਭਾਗਸ਼ਾਲੀ ਮਨੁੱਖ 'ਤੇ ਟੁੱਟ ਕੇ ਪਰਮਾਤਮਾ ਨੇ ਆਪਣਾ ਨਾਮ ਬਖਸ਼ ਦਿੱਤਾ, ਜਾਕੇ ਹੀਏ, ਹੀਏ ਦੇ ਐੜੇ ਨੂੰ ਦੋ ਲਾਵਾਂ ਨੇ, ਜਿਹਦਾ ਮਤਲਬ ਹਿਰਦੇ ਵਿੱਚ, ਜਾਕੇ ਹੀਏ ਦਿਓ ਪ੍ਰਭ ਨਾਮ, ਪ੍ਰਭੂ ਨੇ ਆਪਣਾ ਨਾਮ ਬਖਸ਼ ਦਿੱਤਾ ਹੈ। ਨਾਨਕ ਸਾਧ ਪੂਰਨ ਭਗਵਾਨ, ਨਾਨਕ ਜੀ ਫਰਮਾਉਂਦੇ ਨੇ ਉਹ ਸੱਚਾ ਸਾਧੂ ਹੈ ਔਰ ਉਹ ਸਾਧੂ ਪੂਰਨ ਭਗਵਾਨ ਹੈ, ਭਾਵ ਪਰਮਾਤਮਾ ਦਾ ਰੂਪ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵੀ ਕਥਨ ਹੈ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਏ। ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਪਾਣੀ ਅਤੇ ਪਾਣੀ ਦੀ ਲਹਿਰ ਹੋਵੇ, ਭਾਵ ਉਹ ਵੱਖ ਨਹੀਂ ਹੈਗੇ। ਤੁਸੀਂ ਸਾਰੇ ਸ਼ਬਦ ਦਾ ਨਿਚੋੜ ਇਹ ਹੋਇਆ ਕਿ ਧਨ ਧਨ ਕਹਾਂ ਪੁਕਾਰ ਤੇ ਮਾਇਆ ਮੋਹ ਚਬਕੂਰ, ਨਾਮ ਬਿਹੂਣੇ ਨਾਨਕਾ ਹੋਤ ਜਾਤ ਸਭ ਧੂਰ। ਆਖਿਆ ਨਾਮ ਤੋਂ ਬਿਨਾਂ ਸਭ ਮਿੱਟੀ ਹੋ ਜਾਂਦੇ ਨੇ, ਸਭ ਪਦਾਰਥ ਅਤੇ ਸਭ ਪਦਾਰਥਾਂ ਦਾ ਮੋਹ ਨਾਸ ਹੋ ਜਾਂਦਾ। ਇਸ ਲਈ ਦੱਦਾ ਧੂਰ ਪੁਨੀ ਤੇਰੇ ਜਨੂਆ, ਧਨ ਤੇਊ ਜੇ ਰੁਚਿਆ ਮਨੂਆ, ਧਨ ਨਹੀਂ ਬਾਛੈ ਸੁਰਗ ਨਾਛੈ, ਅਤ ਪ੍ਰੇ ਪ੍ਰੀਤ ਸਾਧ ਰਜ ਰਾਚੈ, ਧੰਦੇ ਕਾਹਾਂ ਬਿਆਪੈ ਤਾਹੂ, ਜੋ ਏਕ ਛਾੜ ਅਨ ਕਟੈ ਨ ਜਾਹੁ। ਜਾਕੇ ਹੀਏ ਦਿਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ। ਆਓ ਅਸੀਂ ਵੀ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਜਿੱਥੇ ਧਰਮ ਦੀ ਕਿਰਤ ਕਰਨੀ ਹੈ ਉੱਥੇ ਨਾਮ ਵੀ ਜਪਣਾ, ਜਿੱਥੇ ਨਾਮ ਜਪਣਾ ਉੱਥੇ ਵੰਡ ਵੀ ਚੱਕਣਾ। ਤੋ ਇਸ ਗੁਰੂ ਘਰ ਦੇ ਸੁੰਦਰ ਅਸੂਲ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।